ਮੈਡੀਸਨ ਲਈ ਪਰ ਕੋਈ ਫਰਕ ਨਹੀਂ ਪਿਆ ਔਰ ਪਾਸਟਰੀ ਅੱਜ ਵੀ ਜਦੋਂ ਇਹਨਾਂ ਨੇ ਨੱਚ ਨੱਚ ਕੇ ਆਰਾਧਨਾ ਕੀਤੀ ਵਰਸ਼ਿਪ ਕਰ ਰਹੇ ਸੀ ਫਾਇਰ ਪ੍ਰੇਅਰ ਕਰ ਰਹੇ ਸੀ ਔਰ ਇਹਨਾਂ ਦਾ ਗਲਾ ਬਿਲਕੁਲ ਬੰਦ ਹੋ ਚੁੱਕਿਆ ਸੀਗਾ ਔਰ ਇਹਨੇ ਪਾਣੀ ਰੱਖਿਆ ਹੋਇਆ ਸੀ ਪਾਣੀ ਦਾ ਗਿਲਾਸ ਆਪਦੇ ਕੋਲ ਪਾਣੀ ਪੀ ਪੀ ਕੇ ਵਰਸ਼ਿਪ ਕਰ ਰਹੇ ਸੀ ਔਰ ਪਾਸਟਰੀ ਜਦ ਹੀ ਇਹਨਾਂ ਨੇ ਅਨੋਇੰਟਿੰਗ ਆਇਲ ਨੂੰ ਆਪਦੇ ਗਲੇ ਦੇ ਉੱਤੇ ਅਪਲਾਈ ਕੀਤਾ ਤੁਰੰਤ ਪਰਮੇਸ਼ਰ ਨੇ ਇਹਨਾਂ ਨੂੰ ਹੀਲ ਕੀਤਾ ਔਰ ਇਹਨਾਂ ਦਾ ਕਹਿਣਾ ਕਿ ਜੋ ਗੱਡਾ ਬਣ ਗਈਆਂ ਸੀ ਇਹਨਾਂ ਦੇ ਗਲੇ ਦੇ ਵਿੱਚ ਬਿਲਕੁਲ ਗਾਇਬ ਹੋ ਚੁੱਕਿਆ ਹਨ ਇੰਸਟੈਂਟ ਪਰਮੇਸ਼ਰ ਨੇ ਇਹਨਾਂ ਨੂੰ ਬਿਲਕੁਲ ਠੀਕ ਹੋ ਗਈ ਸੀ ਹਾਂ ਪਾਸਟਰ ਜੀ ਆਹ ਤਾਂ ਤੇ ਬਹੁਤ ਜ਼ਿਆਦਾ ਚੰਗਾ ਸੀ ਮੇਰਾ ਗਲਾਸ ਅਜੇ ਵੀ ਪਿਆ ਗਿਆ ਜਦੋਂ ਤੁਸੀਂ ਫਾਇਰ ਪ੍ਰੇਅਰ ਕੀਤੀ ਸੀ ਕਰੋ ਮੈਂ ਫਾਇਰ ਕੀਤੀ ਮੇਰੀ ਜਮਾ ਆਵਾਜ਼ ਹੀ ਖਤਮ ਹੋ ਗਈ ਇੰਨਾ ਗਲਾ ਸੁੱਕ ਗਿਆ ਜਦੋਂ ਉਹ ਤੇਲ ਨੂੰ ਮੈਂ ਆਪਦੇ ਗਲੇ ਤੇ ਲਾਇਆ ਤੇ ਸਾਰੀਆਂ ਗੰਢਾਂ ਐਵੇਂ ਹੀ ਟੁੱਟ ਗਈਆਂ ਮੇਰੇ ਗਲੇ ਸਭ ਚੋਰ ਸਿਤਾਈ ਸਤਿ ਸ਼੍ਰੀ ਅਕਾਲ 20-25 ਸਾਲ ਤੋਂ ਇਹਨਾਂ ਦੀ ਛਾਤੀ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਵਿੱਚ ਦਰਦ ਰੁਕ ਜਾਂਦਾ ਸੀ ਫਿਰ ਦੁਬਾਰਾ ਫੇਰ ਸਟਾਰਟ ਹੋ ਜਾਂਦਾ ਸੀ ਪਾਸਟਰ ਜੀ ਲਗਾਤਾਰ ਦਰਦ ਹੁੰਦਾ ਰਹਿੰਦਾ ਸੀ ਪਰ ਪਾਸਟਰ ਜੀ ਜਦੋਂ ਹੀ ਤੁਸੀਂ ਘੋਸ਼ਣਾਵਾਂ ਕਰ ਰਹੇ ਸੀ ਇਹ ਮਾਤਾ ਜੀ ਨੇ ਉਸ ਘੋਸ਼ਣਾਵਾਂ ਨੂੰ ਬਾਹੇ ਫੇਰ ਰਸੀਵ ਕੀਤਾ ਰਸੀਵ ਕਰਨ ਤੋਂ ਬਾਅਦ ਪਾਸਟਰ ਜੀ ਉਹ ਦਰਦ ਮਾਤਾ ਜੀ ਨੂੰ ਛੱਡ ਕੇ ਜਾ ਚੁੱਕਿਆ ਪਾਸਟਰ ਜੀ ਨੂੰ ਇਹ ਬਿਲਕੁਲ ਠੀਕ ਨੇ ਬਿਲਕੁਲ ਹੋ ਜਾ ਆਪਣੇ ਪਾਸਟਰ ਜੀ ਅੱਛਾ ਦਰਦ ਬਿਲਕੁਲ ਠੀਕ ਹੈ ਜੋ ਤੁਸੀਂ ਕਹਿੰਦਾ ਆਪਾਂ ਨੋਰਮਲ ਹੈ ਕੋਈ ਬਾਤ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਨੂੰ ਪਿਛਲੇ ਹਫਤੇ ਬੁਖਾਰ ਹੋ ਗਿਆ ਸੀ ਇਹਨਾਂ ਨੂੰ ਬੁਖਾਰ ਸੀ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਸੀ ਜਿਸਦੇ ਕਾਰਨ ਇਹ ਬੇਸੁਰਤ ਹੋ ਗਏ ਸੀ ਕੋਈ ਹੋਸ਼ ਨਹੀਂ ਸੀ ਜਦੋਂ ਵੀ ਇਹਨਾਂ ਨੂੰ ਕੋਈ ਮੈਡੀਸਿਨ ਦਿੰਦੇ ਸੀ ਉਹ ਪਚਦੀ ਨਹੀਂ ਸੀ ਉਲਟੀ ਦੇ ਦੌਰਾਨ ਬਾਹਰ ਆਉਂਦੀ ਸੀ ਇਹਨਾਂ ਨੂੰ ਬੁਖਾਰ ਬਹੁਤ ਜ਼ਿਆਦਾ ਹੋ ਚੁੱਕਿਆ ਸੀ ਅਤੇ ਮੈਡੀਸਿਨ ਦੇ ਦੌਰਾਨ ਉਤਰਨੀਆਂ ਸੀ ਇਹਨਾਂ ਦੇ ਮੱਥੇ ਦੇ ਉੱਪਰ ਜੋ ਸੀ ਪੱਟੀਆਂ ਵੀ ਧਰੀਆਂ ਗਈਆਂ ਪੱਟੀਆਂ ਦੇ ਦੌਰਾਨ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਸਿਸਟਰ ਨੇ ਚਰਚ ਦੇ ਵਿੱਚ ਕਾਲ ਕੀਤੀ ਚਰਚ ਦੇ ਵਿੱਚ ਕਾਲ ਕਰਨ ਦੇ ਦੌਰਾਨ ਪਰਮੇਸ਼ਵਰ ਦੀ ਦਾਸੀ ਨੇ ਇਹਨਾਂ ਉੱਤੇ ਪ੍ਰੇਅਰ ਕੀਤੀ ਉਸ ਪ੍ਰੇਅਰ ਨੂੰ ਇਹਨਾਂ ਨੇ ਵਾਈਫੇ ਦਾ ਰਿਸੀਵ ਕੀਤਾ ਪ੍ਰੇਅਰ ਨੂੰ ਰਿਸੀਵ ਕਰਨ ਦੇ ਦੌਰਾਨ ਇਸ ਸਿਸਟਰ ਨੂੰ ਉਸੇ ਟਾਈਮ ਹੀ ਜੋ ਫਰਕ ਸੀ ਉਹ ਪੈਣਾ ਸਟਾਰਟ ਹੋ ਗਿਆ ਹੁਣ ਇਹ ਸਿਸਟਰ 4 ਦਿਨਾਂ ਤੋਂ ਉਸ ਬੁਖਾਰ ਤੋਂ ਬਿਲਕੁਲ ਆਜ਼ਾਦ ਨੇ ਬਿਲਕੁਲ ਫ੍ਰੀ ਨੇ ਸਭ ਜਨ ਜ਼ੋਰ ਸੇ ਤਾਰੀਫ ਕਰੇਗਾ ਹਾਂਜੀ ਤੁਸੀਂ ਆਪਣੀ ਟੈਸਟਮਨੀ ਸ਼ੇਅਰ ਕਰਨਾ ਚਾਹੁੰਦੇ ਹੋ ਦੱਸੋ ਸਾਰੇ ਭੈਣ ਭਾਈਆਂ ਨੂੰ ਜੈ ਦਾਸ ਦਾਸ ਜੀ ਨੂੰ ਜੈ ਮੇਰੀ ਖਾਈ ਹੋਈ ਇਹ ਮੈਂ ਨਾ ਕੱਲ ਉਹਨਾਂ ਮੈਨੂੰ ਆਇਆ ਸੀ ਪ੍ਰਭੂ ਮੈਂ ਆਪਣਾ ਜੀਵਨ ਅੱਜ ਤੈਨੂੰ ਦੇ ਜਾ ਰਹੀ ਹਾਂ ਤੇ ਜਦੋਂ ਮੈਂ ਪ੍ਰਭੂ ਮੈਨੂੰ ਅੱਜ ਪੂਰਾ ਆਤਮਾ ਭਰਤੀ ਤੇ ਤੇਰਾ ਪਾਲ ਆਸਾ ਮੇਰੇ ਤੇ ਹੋਵੇ ਆਪਣੀ ਪੰਖ ਨੂੰ ਵੀ ਉੱਠ ਵੇਲੇ ਦਾ ਤੇ ਉਹੀ ਬਚਨ ਜੋ ਮੇਰੇ ਮੂੰਹ ਤੇ ਸੀਗੇ ਉਹੀ ਦਾਸ ਨੇ ਬੋਲੇ ਮੇਰੇ ਪਾਪਾ ਨੇ ਬੋਲੇ ਉਹੀ ਵਾਰਡ ਮੈਂ ਰਿਸੀਵ ਕੀਤੇ ਮੈਂ ਕਿਹਾ ਪ੍ਰਭੂ ਮੈਂ ਵਾਰਡਾਂ ਨੂੰ ਰਿਸੀਵ ਕਰਦੀ ਹਾਂ ਮੈਂ ਤੇਰਾ ਵਿਜ਼ਨ ਦੇਖਾਂ ਉਹ ਰਾਤ ਮੈਂ ਜਦੋਂ ਸੁੱਤੀ ਮੈਂ ਉਹੀ ਵਿਜ਼ਨ ਸੀਗਾ ਜਿਹੜਾ ਮੇਰੇ ਮਨ 'ਚ ਸੀ ਉਹੀ ਵਿਜ਼ਨ ਦੇਖਿਆ ਮੈਨੂੰ ਇਹ ਹੈ ਮੈਂ ਆਪਣਾ ਜੀਵਨ ਆਪਣੇ ਪ੍ਰਭੂ ਨੂੰ ਦੇ ਚੁੱਕੀ ਹਾਂ ਮੇਰੀ ਵੱਡੀ ਵਚਾਈਸ਼ਮਨੀ ਇਹੀ ਸੀ ਧੰਨਵਾਦ ਕਰਦੀ ਹਾਂ ਮੇਰੇ ਦਾਸ ਦਾ ਦਾਸੀ ਦਾ ਸਾਰੀ ਕਲੀਸੀਆ ਦਾ ਧੰਨਵਾਦ ਕਰਦੀ ਹਾਂ ਇਸ ਮਤਲਬ ਤੁਸੀਂ ਕੱਲ ਜਦੋਂ ਆਏ ਤੁਸੀਂ ਪ੍ਰੇਅਰ ਕਰਕੇ ਆਏ ਕਿ ਪ੍ਰਭੂ ਅੱਜ ਤੇਰਾ ਦਾਸ ਇਹ ਵਰਡ ਨੂੰ ਬੋਲੇ ਬੋਲੇ ਮੈਂ ਔਰ ਉਸੇ ਰੀਤੀ ਦੇ ਅਨੁਸਾਰ ਪਰਮੇਸ਼ਰ ਦੇ ਦਾਸ ਨੇ ਬੋਲਿਆ ਤੁਹਾਡੇ ਮਤਲਬ ਸਭ ਦੇ ਲਈ ਬੋਲਿਓ ਹਰ ਸਾਹਿਬ ਦੇ ਔਰ ਪਾਸਟਰ ਜੀ ਨੇ ਇਹ ਵੀ ਕਿਹਾ ਸੀ ਜਦੋਂ ਐਂਡ ਟਾਈਮ ਤੇ ਪਾਸਟਰ ਜੀ ਨੇ ਕਿਹਾ ਸੀਗਾ ਵਿਜ਼ਨ ਦੇਖੋਗੇ ਅੱਜ ਜਦ ਤੁਸੀਂ ਸੁਣੋਗੇ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇਗਾ ਔਰ ਤੁਸੀਂ ਇਹ ਗੱਲ ਦਿਲ 'ਚ ਰੱਖੀ ਸੀ ਕਿ ਪਰਮੇਸ਼ਰ ਅੱਜ ਮੈਂ ਵਿਜ਼ਨ ਦੇਖਾਂ ਅੱਜ ਤੇਰੇ ਦਾਸ ਦੇ ਦੁਆਰਾ ਤੁਹਾਨੂੰ ਪਤਾ ਚੱਲ ਮੈਂ ਐਕਚੁਅਲੀ ਨਹੀਂ ਆਈ ਸੀ ਵੈਸੇ ਮੈਂ ਕਿਹਾ ਪ੍ਰਭੂ ਮੇਰੇ ਜਦੋਂ ਮੈਂ ਤੇਰੇ ਭਵਨ 'ਚ ਆ ਗਈ
ਜਿਹੜੇ ਦਾਸ ਦੇ ਬਾਲ ਦਾ ਜਿਹੜੇ ਵੀ ਉਹ ਮੈਂ ਰਿਸੀਵ ਕਰ ਚੁੱਕੀ ਹਾਂ ਵੀ ਉਹ ਮੇਰੇ ਲਈ ਆ, ਮੈਂ ਰਿਸੀਵ ਕੀਤੇ ਜਦੋਂ ਮੈਂ ਰਾਤ ਵੇਰ ਹੈਂਕੀ ਵੇ ਮੈਂ ਉਹੀ ਵਿਜ਼ਨ ਦੇਖਿਆ ਜੋ ਮੇਰੇ ਮਨ 'ਚ ਸੀ ਅਤੇ ਮੈਂ ਉਹ ਵਾਣ ਵੀ ਸੁਣੀ ਅਤੇ ਮੈਂ ਕਿਹਾ ਪ੍ਰਭੂ ਅੱਜ ਮੈਂ ਜੀਵਨ ਆਪਣਾ ਤੈਨੂੰ ਦੇ ਚੁੱਕੀ ਹਾਂ, ਤਾਰੀਫ ਕਰੇ ਪਰਮੇਸ਼ਰ ਦੀ। ਚੱਲਣ ਫਿਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ, ਉੱਠਣ ਬੈਠਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਪਾਸਟਰ ਜੀ। ਔਰ ਜਿੱਥੇ ਹੀ ਪਾਸਟਰ ਜੀ ਨਾ ਇਹ ਬ੍ਰਦਰ ਨੇ ਅਨੋਇੰਟਿੰਗ ਆਇਲ ਨੂੰ ਰਿਸੀਵ ਕੀਤਾ, ਉਸ ਆਇਲ ਨੂੰ ਇਹਨਾਂ ਨੇ ਬਾਏ ਫੇਥ ਰਿਸੀਵ ਕੀਤਾ ਪਾਸਟਰ ਜੀ। ਹੁਣ ਜੋ ਇਹਨਾਂ ਦੇ ਗੋਡੇ ਦਾ ਦਰਦ ਸੀ ਬਿਲਕੁਲ ਠੀਕ ਹੈ, ਬਿਲਕੁਲ ਆਜ਼ਾਦ ਹੈ ਪਾਸਟਰ ਜੀ। ਅੱਛਾ, ਕੋਈ ਪ੍ਰੋਬਲਮ ਨਹੀਂ? ਕੋਈ ਪ੍ਰੋਬਲਮ ਨਹੀਂ। ਕੀ ਦਿੱਕਤ ਆਉਂਦੀ ਸੀ ਤੁਹਾਨੂੰ ਇਹਦੇ ਵਿੱਚ? ਬਹਿੰਦੇ ਸੀ ਤਾਂ ਦੇਖਦੇ। ਕਿੰਨੇ ਟਾਈਮ ਤੁਸੀਂ ਇਹ? 5-6 ਮਹੀਨੇ ਮਿਲੇ। ਅੱਛਾ, 5-6 ਮਹੀਨੇ ਹੋ ਗਏ। ਅੱਛਾ, ਜਦੋਂ ਬਹਿੰਦੇ ਸੀ ਉਦੋਂ ਦਿੱਕਤ ਆਉਂਦੀ ਸੀ ਤੁਹਾਨੂੰ? ਹਾਂਜੀ। ਅੱਛਾ, ਹੁਣ ਬੈਠ ਕੇ ਦੇਖੋ, ਹੁਣ ਕੋਈ ਪ੍ਰੋਬਲਮ ਹੈ? ਕੋਈ ਦਰਦ ਨਹੀਂ ਹੈ? ਨਹੀਂ। ਸਭ ਤਾਰੀਫ ਕਰੋ ਪਰਮੇਸ਼ਰ ਦੀ, ਸਭ ਤਾਰੀਫ। ਬਿਲਕੁਲ ਆਜ਼ਾਦ ਨੇ ਪਾਸਟਰ ਜੀ, ਬਿਲਕੁਲ ਫ੍ਰੀ ਨੇ। ਕਿੰਨੇ ਟਾਈਮ ਤੋਂ ਸੀ ਤੁਸੀਂ? ਹਾਂਜੀ, 4 ਸਾਲ ਤੋਂ ਪਾਸਟਰ ਜੀ। ਅੱਛਾ, 4 ਸਾਲ ਤੋਂ। ਅੱਛਾ, ਹੁਣ ਬਿਲਕੁਲ ਠੀਕ ਹੋ? ਕੋਈ ਹੁਣ ਪ੍ਰੋਬਲਮ ਨਹੀਂ ਹੈ? ਸਭ ਤਾਰੀਫ ਕਰੋ ਪਰਮੇਸ਼ਰ। ਪਿੰਡ ਦੀਨਾ ਸਾਹਿਬ ਦੇ ਰਹਿਣ ਵਾਲੇ ਨੇ, ਇਹਨਾਂ ਦੱਸਣਾ ਕਿ 7 ਦਿਨਾਂ ਤੋਂ ਇਹਨਾਂ ਨੂੰ ਜਨਾਊ ਸੀਗਾ, ਜਿਸ ਦੇ ਕਾਰਨ ਇਹਨਾਂ ਦੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਪਾਸਟਰ ਜੀ। ਔਰ ਜਿੱਦਾਂ ਹੀ ਬ੍ਰਦਰ ਦੇ ਉੱਪਰ ਅਨੋਇੰਟਿੰਗ ਆਇਲ ਅਪਲਾਈ ਕੀਤਾ ਗਿਆ, ਉਸ ਆਇਲ ਨੇ ਬਾਏ ਫੇਥ ਰਿਸੀਵ ਕੀਤਾ, ਉਹ 7 ਦਿਨਾਂ ਦੇ ਦਰਦ ਤੋਂ ਬਿਲਕੁਲ ਆਜ਼ਾਦ ਨੇ, ਬਿਲਕੁਲ ਫ੍ਰੀ ਨੇ ਪਾਸਟਰ ਜੀ। ਬਿਲਕੁਲ ਠੀਕ, ਸਭ ਤਾਰੀਫ ਕਰੇ।